ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅਤੇ ਲਓ ਜੀ ਫਾਈਨਲੀ ਆਪਾਂ ਅੱਜ ਟ੍ਰਿਪ 'ਤੇ ਜਾ ਰਹੇ ਹਾਂ। ਪਰ ਟ੍ਰਿਪ 'ਤੇ ਜਾਣਾ ਆਪਣੇ ਲਈ ਇੰਨਾ ਆਸਾਨ ਨਹੀਂ ਸੀ, ਕਿਉਂਕਿ ਸਾਰੇ ਮਿੱਤਰ ਕੰਮਾਂ ਕਾਰਾਂ 'ਚ ਬਿਜ਼ੀ ਹੁੰਦੇ ਸੀ ਅਤੇ ਕਦੇ ਕਿਸੇ ਨੂੰ ਕੰਮ ਹੁੰਦਾ ਸੀ, ਕਦੇ ਕਿਸੇ ਨੂੰ ਕੰਮ ਹੁੰਦਾ ਸੀ। ਪਰ ਫਾਈਨਲੀ ਅੱਜ ਆਪਾਂ ਵਿਹਲੇ ਹਾਂ ਅਤੇ ਆਪਾਂ ਆਪਣਾ ਬੋਰੀਆ ਇਸ ਤਰ੍ਹਾਂ ਬੰਨ੍ਹ ਕੇ ਕਾਰ ਦੀ ਡਿੱਗੀ ਦੇ ਵਿੱਚ ਰੱਖ ਲਿਆ ਅਤੇ ਆਪਾਂ ਆਪਣੀ ਅਲਟਰਾ ਪ੍ਰੋਮੈਕਸ ਗੱਡੀ ਦੇ ਵਿੱਚ ਬੈਠ ਕੇ ਅਤੇ ਸਾਰਿਆਂ ਨੂੰ ਬਾਏ ਬੋਲ ਕੇ ਫਾਈਨਲੀ ਘਰੋਂ ਰਵਾਨਾ ਹੋ ਜਾਂਦੇ ਹਾਂ। ਕਈ ਦਿਨਾਂ ਦੀ ਮਿਹਨਤ ਮੁਸ਼ਕਤ ਅਤੇ ਕਈ ਸਾਰੇ ਪਲਾਨ ਫੇਲ ਹੋਣ ਤੋਂ ਬਾਅਦ ਫਾਈਨਲੀ ਅੱਜ ਟ੍ਰਿਪ 'ਤੇ ਜਾਣ ਦੀ ਖੁਸ਼ੀ ਸਾਰਿਆਂ ਦੇ ਚਿਹਰੇ ਤੋਂ ਸਲਾਬ ਬਣ ਕੇ ਝਲਕ ਰਹੀ ਹੈ ਅਤੇ ਸਾਰੇ ਮਿੱਤਰ ਟ੍ਰਿਪ ਦਾ ਮੰਤਰ ਜਪਦੇ ਹੋਏ ਅੱਗੇ ਵੱਲ ਵੱਧਦੇ ਹਾਂ। ਘਰ ਤੋਂ 10 ਕੁ ਮਿੰਟ ਦਾ ਸਫ਼ਰ ਕਰਕੇ ਆਪਾਂ ਪਹੁੰਚ ਜਾਂਦੇ ਹਾਂ ਫਿਰੋਜ਼ਪੁਰ ਰੋਡ 'ਤੇ ਅਤੇ ਹੁਣ ਆਪਣਾ ਸਭ ਤੋਂ ਪਹਿਲਾ ਟਾਸਕ ਆ ਕਾਰ ਦੀ ਟੈਂਕੀ ਡੀਜ਼ਲ ਨਾਲ ਫੁੱਲ ਕਰਾਉਣੀ। ਪੰਪ 'ਤੇ ਰੁਕਣ ਤੋਂ ਬਾਅਦ ਆਪਣੇ ਦੋ ਮਿੱਤਰ ਬਾਬਾ ਅਤੇ ਹਰਦੀਪ ਤਸਵੀਰਕਾਰੀ ਦੇ ਵਿੱਚ ਮਸਰੂਫ ਹੋ ਜਾਂਦੇ ਆ ਅਤੇ ਆਪਾਂ ਪੰਜਾਬੀ ਹੋਣ ਦਾ ਫਰਜ਼ ਨਿਭਾਉਂਦੇ ਹੋਏ ਡੀਜ਼ਲ ਮਸ਼ੀਨ ਦਾ ਮੁਆਇਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਕਰ ਲਓ ਫੋਟੋ ਸ਼ੂਟ, ਹੁਣ ਇੱਥੇ ਗਾਂਹ ਜਾ ਕੇ ਕਰਾਂਗੇ। ਆਹ ਚੋਬਰ ਨੂੰ ਹਰੇਕ ਜਗ੍ਹਾ 'ਤੇ ਫੋਟੋਆਂ ਚਾਹੀਦੀਆਂ ਹੁੰਦੀਆਂ। ਸੋਹਣਾ ਸੁਨੱਖਾ ਕਹਿੰਦਾ ਬਾਹਰੋਂ ਆਈ ਹੋਈ ਆ ਟੀ-ਸ਼ਰਟ, ਕਹਿੰਦਾ ਤੁਹਾਨੂੰ ਪਤਾ ਇਹਨੇ ਸਾਨੂੰ ਸਪੈਸ਼ਲ ਦਿਖਾਈ ਆ। ਲਗਭਗ 150 ਲੀਟਰ ਤੇਲ ਪੈਣ ਤੋਂ ਬਾਅਦ ਕਾਰ ਦੀ ਟੈਂਕੀ ਫੁੱਲ ਹੋ ਜਾਂਦੀ ਹੈ ਅਤੇ ਆਪਾਂ ਵੱਡਾ ਦਿਲ ਕਰਕੇ 6700 ਰੁਪਈਆ ਪੰਪ ਵਾਲੇ ਵੀਰ ਦੇ ਹੱਥ ਦੇ ਉੱਤੇ ਧਰ ਕੇ ਅਗਲੇ ਸਫ਼ਰ ਲਈ ਰਵਾਨਾ ਹੋ ਜਾਂਦੇ। ਬੇਰਕਾ ਮਿਲਕ ਪਲਾਂਟ ਦੇ ਕੋਲੋਂ ਲੰਘਦੇ ਹੋਏ ਸਾਰੇ ਮਿੱਤਰਾਂ ਦਾ ਕੋਲਡ ਮਿਲਕ ਪੀਣ ਨੂੰ ਦਿਲ ਕਰਿਆਉਂਦਾ ਅਤੇ ਸਾਰੇ ਮਿੱਤਰ ਹਰਦੀਪ ਨੂੰ ਐਵੇਂ ਵਾਲੀ ਜਾਣੀ ਕਿ ਬਿਨਾਂ ਕਿਸੇ ਰੀਜ਼ਨ ਤੋਂ ਪਾਰਟੀ ਦੇਣ ਲਈ ਰਿਕੁਐਸਟ ਕਰਦੇ ਆ। ਫਿਰ ਥੋੜ੍ਹੀ ਰਿਕੁਐਸਟ ਅਤੇ ਕਾਫ਼ੀ ਜ਼ਿਆਦਾ ਸੋਚਣ ਤੋਂ ਬਾਅਦ ਸਾਡਾ ਸਾਰਿਆਂ ਦਾ ਪਿਆਰਾ ਵੀਰ ਹਰਦੀਪ ਸਾਨੂੰ ਪਾਰਟੀ ਕਰਨ ਲਈ ਰਾਜ਼ੀ ਹੋ ਜਾਂਦਾ। ਹਰਦੀਪ ਦੇ ਪਾਰਟੀ ਲਈ ਹਾਂ ਕਰਨ 'ਤੇ ਸਾਡੀ ਸਾਰਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅਤੇ ਆਪਾਂ ਸਾਰੇ ਜਾਣੇ ਫਿਰ ਇੱਥੇ ਕੋਲਡ ਮਿਲਕ ਪੀਂਦੇ ਹਾਂ। ਥੋੜ੍ਹਾ ਅੱਗੇ ਵੱਧਦੀ ਹਾਂ ਕਿ ਆਪਣੇ ਕੁਝ ਮਿੱਤਰ ਇੱਥੋਂ ਪਾਣੀ ਦੀਆਂ ਪੇਟੀਆਂ ਖਰੀਦਣ ਦਾ ਸੁਝਾਅ ਦਿੰਦੇ ਆ, ਕਿਉਂਕਿ ਉੱਥੇ ਪਾਣੀ ਕਾਫ਼ੀ ਮਹਿੰਗਾ ਮਿਲਦਾ ਅਤੇ ਲੋਕਲ ਪਾਣੀ ਪੀਣ ਯੋਗ ਨਹੀਂ ਹੈਗਾ। ਅਤੇ ਫਿਰ ਆਪਾਂ ਲਗਭਗ ਪਾਣੀ ਦੇ 5 ਪੇਟੀਆਂ ਖਰੀਦ ਕੇ ਡਿੱਗੀ 'ਚ ਰੱਖਦੇ ਹਾਂ। ਜਦੋਂ ਅੱਗੇ ਚੱਲਣ ਦੀ ਤਿਆਰੀ ਕਰਦੇ ਹਾਂ ਤਾਂ ਆਪਣੇ ਪਿਆਰੇ ਵੀਰ ਹਰਪੀਤੇ ਨੇ ਸਿਰਫ ਅੱਧਾ ਕੁ ਘੰਟਾ ਪਹਿਲਾਂ ਪਾਏ ਬੂਟ ਉਹਦੇ ਪੈਰਾਂ 'ਤੇ ਦੰਦੀਆਂ ਵੱਢਣ ਲੱਗ ਜਾਂਦੇ ਅਤੇ ਉਹ ਬੂਟ ਲਾ ਕੇ ਚੱਪਲਾਂ ਪਾਉਂਦਾ। ਗਾਂਹ ਜਾ ਕੇ ਪਾਵਾਂਗੇ, ਗਾਂਹ ਪਾਵੇਂਗਾ ਤੂੰ, ਪਹਾੜੀ ਏਰੀਏ 'ਚ ਸ਼ੁਰੂ ਹੋ ਕੇ ਪਾਵਾਂਗੇ ਇੱਥੇ ਤੱਕ। 150 ਕਿਲੋਮੀਟਰ ਆ ਗਏ ਹਜੇ ਤੱਕ ਇਹਨਾਂ ਦਾ ਕੋਈ ਗਾਣਾ ਨਹੀਂ ਲੱਗਿਆ ਜਿਹੜਾ ਵਧੀਆ ਕਹਿ ਦੇਣ। ਗਾਣਾ ਹੀ ਨਹੀਂ ਪਸੰਦ ਆ ਰਿਹਾ ਮੁੰਡਿਆਂ ਨੂੰ। ਹਰਦੀਪ ਦੀ ਗਾਣਿਆਂ ਦੀ ਕਲੈਕਸ਼ਨ ਵਿੱਚੋਂ ਘੱਟੋ ਘੱਟ 20 ਗਾਣੇ ਸੁਣਨ ਤੋਂ ਬਾਅਦ ਵੀ ਸਾਨੂੰ ਸਾਰਿਆਂ ਨੂੰ ਉਹਦਾ ਕੋਈ ਗਾਣਾ ਪਸੰਦ ਨਹੀਂ ਆਉਂਦਾ। ਨਹੀਂ ਤੂੰ ਲਵਾਇਆ ਕੀ ਆ। ਹਰਦੀਪ ਦੀ ਕਲੈਕਸ਼ਨ 'ਚੋਂ ਗਾਣੇ ਸੁਣ ਸੁਣ ਸਾਡੇ ਕੰਨ ਪੱਕ ਜਾਂਦੇ ਅਤੇ ਅਸੀਂ ਅੱਕ ਜਾਂਦੇ ਹਾਂ। ਫਿਰ ਉਹਨੂੰ ਗਾਣੇ ਲਾਉਣ ਵਾਲੀ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਅਤੇ ਫਾਈਨਲੀ ਉਹਨੂੰ ਇੱਕ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਹਵਾ ਭਰਨ ਵਾਲੀ ਦੁਕਾਨ ਲੱਭਣ ਦੀ, ਕਿਉਂਕਿ ਗੱਡੀ ਦੇ ਟਾਇਰਾਂ ਦੇ ਵਿੱਚ ਹਵਾ ਘੱਟ ਆ। ਤੇ ਆਖਿਰ ਇਸ ਟਾਸਕ ਵਿੱਚ ਹਰਦੀਪ ਪਾਸ ਹੋ ਜਾਂਦਾ, ਆਪਣੀਆਂ ਸ਼ਕਤੀਆਂ ਦਾ ਪੂਰਨ ਇਸਤੇਮਾਲ ਕਰਦੇ ਹੋਏ ਉਹ ਹਵਾ ਵਾਲੀ ਦੁਕਾਨ ਲੱਭ ਲੈਂਦਾ। ਫਾਈਨਲੀ ਲੁਧਿਆਣੇ ਤੋਂ ਕਿੰਨੀ ਦੂਰ ਆ ਕੇ ਸਾਨੂੰ ਹਵਾ, ਕਿੰਨੇ ਕਿਲੋਮੀਟਰ ਆ ਗਿਆ? ਪੂਰਾ 100 ਕਿਲੋਮੀਟਰ, 500 ਮੀਟਰ ਉੱਤੇ ਫੇਰ ਜਾ ਕੇ ਸਾਨੂੰ 100 ਕਿਲੋਮੀਟਰ ਦੂਰ ਆ ਕੇ ਹਵਾ ਵਾਲਾ ਲੱਭਿਆ ਸਾਨੂੰ। ਲਾਂਬਾ ਲਾਂਬਾ ਟਾਇਰ ਨੇ ਪਤਾ ਕੀ ਲਿਖਿਆ, ਗ੍ਰੀਨੀ ਰੀਡਰ ਰੀਟਰੇਟਰ ਦਾ। ਅੱਛਾ ਪੜ ਬਾਈ, ਹਲੇ ਤੋਂ ਕੱਲ ਹੀ ਟਾਇਰ ਪਵਾ ਕੇ ਲੈ ਕੇ ਗਏ ਆ ਜੀ, ਭੁੱਲ ਗਏ ਜੀ। ਜਾਂ ਤਾਂ ਤੁੱਕ ਭਰ ਕੇ ਜਾ, ਵੱਡਾ ਬੂਰ ਮੈਂ ਹਵਾ ਭਰਾਉਣੀ ਸੀ। ਹਵਾ ਭਰਾਉਣ ਤੋਂ ਬਾਅਦ ਹਵਾ ਵਾਲੇ ਵੀਰ ਨੂੰ 20 ਲੱਖ ਦਮੜੇ ਦੀ ਅਦਾਇਗੀ ਕਰਕੇ ਆਪਾਂ ਆਪਣੇ ਅਗਲੇ ਸਫ਼ਰ ਲਈ ਰਵਾਨਾ ਹੋ ਜਾਂਦੇ ਹਾਂ। ਸਾਈਡ
ਵਧੀਆ ਜਗ੍ਹਾ ਤੇ ਰੋਕ ਲਿਆ ਕਿੱਥੇ ਨੁਕਰੀ ਤੇ ਰੋਕੀ ਲੇਖ ਦਿਸੂਗੀ ਲੇਖ ਨੀ ਉਹ ਜਗ੍ਹਾ ਬਣੀ ਹੋਊ ਗੱਡੀ ਖੜਾਉਣ ਬਾਹ ਚੱਲ ਲਗਭਗ 5 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਫਾਈਨਲੀ ਆਪਾਂ ਆਪਣਾ ਪਹਿਲਾ ਸਟੋਪ ਲੈਂਦੇ ਹਾਂ ਅਤੇ ਇਹ ਸਟੋਪ ਆਪਾਂ ਬੜੀ ਹੀ ਘੈਂਟ ਜਿਹੀ ਜਗ੍ਹਾ 'ਤੇ ਲੈਂਦੇ ਹਾਂ ਕਿਉਂਕਿ ਆਲੇ ਦੁਆਲੇ ਉੱਚੇ ਉੱਚੇ ਪਹਾੜ ਹੁੰਦੇ ਆ ਅਤੇ ਇਹਨਾਂ ਦੇ ਵਿੱਚ ਦੀ ਇੱਕ ਨਦੀ ਚੱਲਦੀ ਹੈ ਜੋ ਦੇਖਣ ਨੂੰ ਬਹੁਤ ਹੀ ਸੁੰਦਰ ਲੱਗਦੀ ਹੈ। ਇੱਥੇ ਕੁਦਰਤ ਦੇ ਬਹੁਤ ਹੀ ਘੈਂਟ ਘੈਂਟ ਨਜ਼ਾਰੇ ਦੇਖੇ ਆਪਾਂ। ਕਿਵੇਂ ਲੱਗਦਾ ਵੀ ਇੱਥੇ ਆ ਕੇ ਤੁਹਾਨੂੰ? ਇੱਕ ਨੰਬਰ ਮਾਹੌਲ। ਕਰੀਬ 20 ਮਿੰਟ ਇਸ ਜਗ੍ਹਾ ਤੇ ਬਿਤਾਉਣ ਤੋਂ ਬਾਅਦ ਕੁਝ ਤਸਵੀਰਕਾਰੀਆਂ ਕਰਕੇ ਆਪਾਂ ਆਪਣੀ ਕਾਰ ਲੈ ਕੇ ਅਗਲੇ ਸਫ਼ਰ ਲਈ ਰਵਾਨਾ ਹੋ ਜਾਂਦੇ ਹਾਂ। ਛੇ ਕੁ ਘੰਟੇ ਸਫ਼ਰ ਕਰਨ ਤੋਂ ਬਾਅਦ ਸਾਡੀ ਸਾਰਿਆਂ ਦੀ ਹਾਲਤ ਖਰਾਬ ਹੋ ਜਾਂਦੀ ਹੈ। ਸੋਚਿਆ ਸੀ ਕਿ ਸਾਰਾ ਸਫ਼ਰ 400 ਕਿਲੋਮੀਟਰ ਦਾ ਵਾ, 5 ਤੋਂ 6 ਘੰਟੇ ਦੇ ਵਿੱਚ ਪੂਰਾ ਹੋ ਜਾਊਗਾ, ਪਰ ਹਜੇ ਤੱਕ ਆਪਾਂ ਅੱਧ ਤੱਕ ਹੀ ਪਹੁੰਚੇ ਹਾਂ। ਫਿਰ ਸਾਰੇ ਮਿੱਤਰ ਕੋਲਡ ਡਰਿੰਕ ਅਤੇ ਕੁਝ ਸਨੈਕਸ ਲੈਣ ਦੀ ਜਿੱਦ ਕਰਦੇ ਆ। ਫਿਰ ਇੰਨੀ ਰਿਕੁਐਸਟ ਕਰਨ ਤੋਂ ਬਾਅਦ ਮੈਂ ਇਹਨੂੰ ਸਨੈਕਸ ਲੈ ਤਾਂ ਦਿੰਦਾ, ਪਰ ਇੱਥੇ ਮੈਨੂੰ ਪਤਾ ਲੱਗਦਾ ਕਿ ਇੱਥੇ ਹਰੇਕ ਚੀਜ਼ ਦਾ ਰੇਟ ਡਬਲ ਆ। ਕਈ ਘੰਟੇ ਕਾਰ ਦਾ ਸਫ਼ਰ ਕਰਨ ਤੋਂ ਬਾਅਦ ਆਪਾਂ ਰਾਤ ਦੇ ਕਰੀਬ 10:30 ਵਜੇ ਮੰਡੀ ਸ਼ਹਿਰ ਦੇ ਵਿੱਚ ਪਹੁੰਚ ਜਾਂਦੇ ਹਾਂ। ਅਤੇ ਇੱਥੇ ਪਹੁੰਚ ਕੇ ਥੋੜ੍ਹੀ ਦੇਰ ਰੈਸਟ ਕਰਨ ਲਈ ਆਪਾਂ ਆਪਣੀ ਕਾਰ ਗੁਰਦੁਆਰਾ ਸਾਹਿਬ ਵੱਲ ਨੂੰ ਮੋੜਦੇ ਹਾਂ ਤਾਂ ਜੋ ਅੱਧਾ ਕੁ ਘੰਟਾ ਇੱਥੇ ਰੁੱਕ ਕੇ ਆਪਾਂ ਰੈਸਟ ਕਰ ਸਕੀਏ। ਆਪਾਂ ਨੂੰ ਇੱਥੇ ਪਹੁੰਚਿਆਂ ਨੂੰ ਕਰੀਬ 15 ਮਿੰਟ ਹੀ ਹੋਏ ਹੁੰਦੇ ਆ ਕਿ ਬਹੁਤ ਹੀ ਤੇਜ਼ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਫਿਰ ਅੱਗੇ ਵਧਣ ਲਈ ਆਪਾਂ ਸਾਰੇ ਜਾਣੇ ਵਿਚਾਰ ਵਟਾਂਦਰਾ ਕਰਦੇ ਹਾਂ ਤਾਂ ਫਾਈਨਲੀ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਅੱਜ ਦੀ ਰਾਤ ਇੱਥੇ ਹੀ ਰੁਕਿਆ ਜਾਵੇ, ਕਿਉਂਕਿ ਬਾਰਿਸ਼ ਕਰਕੇ ਪਹਾੜਾਂ ਦੇ ਵਿੱਚ ਕਈ ਵਾਰੀ ਲੈਂਡ ਸਲਾਈਡਿੰਗ ਹੋ ਜਾਂਦੀ ਆ ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਖਤਰਾ ਹੁੰਦਾ ਵਾ। ਦੂਜੇ ਟੂਰਿਸਟਾਂ ਤੋਂ ਵੀ ਇਹੀ ਸਲਾਹ ਮਿਲਦੀ ਹੈ ਕਿ ਅੱਜ ਦੀ ਰਾਤ ਇੱਥੇ ਹੀ ਰੁਕ ਲਿਆ ਜਾਵੇ। ਠੀਕ ਹੈ ਜੀ, ਇਸ ਪਾਰਟ ਵਿੱਚ ਇੰਨਾ ਹੀ, ਮਿਲਦੇ ਹੁਣ ਨੈਕਸਟ ਬਲੌਗ ਵਿੱਚ। ਵੀਡੀਓ ਥੋੜ੍ਹੀ ਜਿਹੀ ਵੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਜਾਇਓ। ਮਿਲਦੇ ਹਾਂ ਜੀ ਹੁਣ ਇਸ ਸੀਰੀਜ਼ ਦੇ ਸੈਕਿੰਡ ਪਾਰਟ 'ਚ।